ਹਾਂ ਦੇਖੋ, ਜਿਹੜਾ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਮੌਨਸੂਨ ਨੇ ਇਸ ਵਾਰੀ ਕਾਫੀ ਅਸੀਂ ਦੇਖਿਆ ਕਿ ਉਤਰਾਅ ਚੜ੍ਹਾਅ ਦੇਖੇ ਗਏ ਨੇ। ਜਿਸ ਤਰ੍ਹਾਂ ਕਿ ਪਹਿਲਾਂ ਮੌਨਸੂਨ ਸੀਜ਼ਨ ਜਦੋਂ ਜੁਲਾਈ ਦਾ ਸਟਾਰਟ ਹੋਇਆ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਫਸਟ ਫੋਰਟਨਾਈਟ ਆਫ ਜੁਲਾਈ ਪਾਸ ਆਨ ਹੋਇਆ, ਤਾਂ ਕਾਫੀ ਅੱਛਾ ਮੌਨਸੂਨ ਦਾ ਸਿਨੈਰੀਓ ਰਿਹਾ, ਜਿਹਦੇ ਵਿੱਚ ਕਿ ਕੁਛ ਡਿਸਟ੍ਰਿਕਟਸ ਦੇ ਵਿੱਚ ਬੜੀ ਅੱਛੀ ਰੇਨਫਾਲ ਹੋਈ ਹੈ, ਕੁਛ ਦੇ ਵਿੱਚ ਮਤਲਬ ਥੋੜ੍ਹੀ ਘੱਟ ਹੋਈ ਹੈ। ਜੇ ਆਪਾਂ ਓਵਰਆਲ ਹੁਣ ਤੱਕ ਦੀ ਗੱਲ ਕਰਦੇ ਹਾਂ, ਪੂਰਾ 1 ਜੂਨ ਤੋਂ ਲੈ ਕੇ ਜਿਹੜੀ ਹੁਣ ਤੱਕ ਦੀ ਜੁਲਾਈ ਤੱਕ ਦੀ ਰੇਨਫਾਲ ਹੈਗੀ ਆ, ਤਾਂ ਅਸੀਂ ਹਲੇ ਥੋੜ੍ਹਾ ਜਿਹਾ ਡੈਫਿਸਿਟ ਦੇ ਵਿੱਚ ਹੈਗੇ ਹਾਂ, 20% ਤੱਕ ਡੈਫਿਸਿਟ ਚੱਲ ਰਿਹਾ। ਪਰ ਜੇ ਆਪਾਂ ਪਿਛਲੇ ਹਫ਼ਤੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 34% ਜਿਹੜੀ ਜ਼ਿਆਦਾ ਬਾਰਿਸ਼ ਹੋਈ ਹੈ, ਅਤੇ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਈ ਹੈ, ਜਿਹੜੀ ਕਿ 90% ਐਕਸੈਸ ਚੱਲ ਰਹੀ ਹੈ। ਅਤੇ ਬਾਕੀ ਕੁਛ ਜਿਹੜੇ ਜ਼ਿਲ੍ਹੇ ਡੈਫਿਸਿਟ ਦੇ ਵਿੱਚ ਚੱਲ ਰਹੇ ਨੇ ਉਹਦੇ ਵਿੱਚ ਜਿਵੇਂ ਕਿ ਮਾਨਸਾ ਹੈਗਾ, ਬਠਿੰਡਾ ਆ, ਫਿਰੋਜ਼ਪੁਰ ਹੈ, ਫਰੀਦਕੋਟ ਹੈ, ਬਰਨਾਲਾ ਹੈ, ਹੁਸ਼ਿਆਰਪੁਰ ਹੈ, ਫਤਿਹਗੜ੍ਹ ਸਾਹਿਬ ਹੈ, ਕੁਛ ਇਹ ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ ਬਾਰਿਸ਼ ਜਿਹੜੀ ਆ ਉਹ ਘੱਟ ਹੋਈ ਹੈ। ਅਤੇ ਬਾਕੀ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਹੈਗੀ ਆ ਉਹ ਆਪਣੇ ਕੋਲ ਡੈਫਿਸਿਟ ਜਿਹੜੀ ਆ ਫਿਰੋਜ਼ਪੁਰ 'ਚ ਰਹੀ ਹੈ, ਅਤੇ ਸੰਗਰੂਰ ਦੇ ਵੀ ਸਭ ਤੋਂ ਜ਼ਿਆਦਾ ਰਹੀ ਹੈ। ਸੋ ਜੇ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਹਾਂ ਤਾਂ ਟੈਂਪਰੇਚਰਸ ਜਿਹੜੇ ਨੇ ਹੁਣ ਚੱਲ ਰਹੇ ਹੈ ਉਹ ਨੋਰਮਲ ਤੋਂ ਥੋੜ੍ਹੇ ਜਿਹੇ ਜ਼ਿਆਦਾ ਚੱਲ ਰਹੇ ਹੈ, ਕਿਉਂਕਿ ਕੱਲ੍ਹ ਸਾਡੇ ਕੋਲ 35 ਡਿਗਰੀ ਜਿਹੜਾ ਲੁਧਿਆਣੇ ਰਿਕਾਰਡ ਕੀਤਾ ਗਿਆ, ਅਤੇ ਜੇ ਆਪਾਂ ਹਾਈਐਸਟ ਦੀ ਗੱਲ ਕਰਦੇ ਹਾਂ ਤਾਂ 38 ਡਿਗਰੀ ਜਿਹੜਾ ਟੈਂਪਰੇਚਰ ਆ ਪਠਾਨਕੋਟ 'ਚ ਰਿਕਾਰਡ ਕੀਤਾ ਗਿਆ, ਅਤੇ ਸਭ ਤੋਂ ਘੱਟ ਜਿਹੜਾ ਟੈਂਪਰੇਚਰ ਹੈ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ, ਜਿਹੜਾ ਕਿ 33 ਡਿਗਰੀ ਰਿਕਾਰਡ ਕੀਤਾ ਗਿਆ। ਸੋ ਇਹ ਟੈਂਪਰੇਚਰਸ ਜਿਹੜੇ ਨੇ ਹੁਣ ਫਿਰ ਲਗਾਤਾਰ ਵੱਧ ਰਹੇ ਨੇ, ਜੇ ਆਪਾਂ ਦੇਖੀਏ ਤਾਂ ਗ੍ਰੈਜੂਅਲੀ ਜਿਹੜੇ ਟੈਂਪਰੇਚਰਸ ਨੇ ਇਹ ਰਾਈਜ਼ ਹੋ ਰਹੇ ਨੇ, ਜਿਹੜੇ ਕਿ ਥੋੜ੍ਹੇ ਜਿਹੇ ਨੋਰਮਲ ਤੋਂ ਜ਼ਿਆਦਾ ਨੇ। ਰਾਤ ਦਾ ਟੈਂਪਰੇਚਰ ਵੀ ਜ਼ਿਆਦਾ ਚੱਲ ਰਿਹਾ, 28 ਡਿਗਰੀ ਤੱਕ ਚੱਲ ਰਿਹਾ। ਸੋ ਇਹ ਜਿਹੜੇ ਹਾਲਾਤ ਨੇ ਇਹਦੇ ਵਿੱਚ ਹੁਣ ਮੌਨਸੂਨ ਦੇ ਵਿੱਚ ਥੋੜ੍ਹੀ ਜਿਹੀ ਸਾਨੂੰ ਬ੍ਰੇਕ ਨਜ਼ਰ ਆ ਰਹੀ ਹੈ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਸਾਡੇ ਕੋਲ ਜਿਹੜੀ ਫੋਰਕਾਸਟ ਆਈ ਹੈ ਅਤੇ ਹਲੇ 16-17 ਤੱਕ ਜਿਹੜੀ ਬਾਰਿਸ਼ ਦੀ ਸੰਭਾਵਨਾ ਇੰਨੀ ਨਹੀਂ ਹੈਗੀ, ਪਰ ਇਹ ਜਿਹੜੀ ਹੁੰਮਸ ਜਿਹੜੀ ਵਾਲੀ ਗਰਮੀ ਹੈ ਇਹ ਬਰਕਰਾਰ ਰਹੇਗੀ, ਕਿਉਂਕਿ ਵੈਸੇ ਵੀ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਤਾਂ ਹਿਊਮਿਡਿਟੀ ਕਾਫੀ ਜ਼ਿਆਦਾ ਹੈਗੀ ਹੈ। ਸੋ ਬਾਕੀ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਕੇ ਵੀ ਥੋੜ੍ਹੀ ਜਿਹੀ ਡਿਸਟਰਬੈਂਸ ਹੋ ਜਾਂਦੀ ਹੈ, ਉਹਦੇ ਨਾਲ ਆਈਸੋਲੇਟਡ ਪਲੇਸਿਸ 'ਤੇ ਬਾਰਿਸ਼ ਹੋ ਸਕਦੀ ਹੈ। ਬਟ ਜਿਵੇਂ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਥੋੜ੍ਹੀ ਜਿਹੀ ਸਲੋ ਹੋਈ ਹੋਈ ਹੈ, ਮੌਨਸੂਨ ਦੇ ਵਿੱਚ ਬ੍ਰੇਕ ਵੀ ਆਇਆ ਹੋਇਆ ਨਜ਼ਰ ਆ ਰਿਹਾ, ਜਿਹਦੇ ਕਰਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਨਜ਼ਰ ਆ ਰਹੀ। ਹਾਂਜੀ, ਕਿਉਂਕਿ ਦੇਖੋ ਟੈਂਪਰੇਚਰ ਵੀ ਵੱਧ ਰਹੇ ਨੇ, ਜਿਸ ਤਰ੍ਹਾਂ ਕਿ 35-36 ਡਿਗਰੀ ਟੈਂਪਰੇਚਰ ਜਿਹੜਾ ਉਹ ਪਹੁੰਚ ਚੁੱਕਿਆ ਹੈ, ਅਤੇ ਨੋਰਮਲ ਤੋਂ ਉਹ ਜ਼ਿਆਦਾ ਚੱਲ ਰਿਹਾ। ਇਹਨਾਂ ਦਿਨਾਂ ਦੇ ਵਿੱਚ 34 ਡਿਗਰੀ ਆਪਾਂ ਨੋਰਮਲ ਕੰਸੀਡਰ ਕਰਦੇ ਹਾਂ, ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈਗਾ 26 ਡਿਗਰੀ ਨੋਰਮਲ ਕੰਸੀਡਰ ਕਰਦੇ ਹਾਂ, ਪਰ 28 ਤੱਕ ਚੱਲ ਰਿਹਾ। ਸੋ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਅਬਵ ਨੋਰਮਲ ਨੇ, ਇਸੇ ਕਰਕੇ ਰਾਤ ਨੂੰ ਵੀ ਕਾਫੀ ਅਨਕੰਫਰਟੇਬਲ ਹੁੰਦਾ, ਅਤੇ ਹਿਊਮਿਡਿਟੀ ਲੈਵਲ ਜਿਹੜਾ ਉਹ ਕਾਫੀ ਜ਼ਿਆਦਾ ਹੈ, ਕਿਉਂਕਿ ਸਵੇਰ ਦੀ ਨਮੀ ਦੇ ਨਾਲ ਨਾਲ ਜਿਹੜੀ ਦੁਪਹਿਰ ਦੀ ਨਮੀ ਹੈ ਉਹ ਵੀ ਨੋਰਮਲ ਤੋਂ ਜ਼ਿਆਦਾ ਚੱਲ ਰਹੀ ਹੈ, ਜਿਹਦੇ ਕਰਕੇ ਕਿ ਜਿਹੜੀ ਹੁੰਮਸ ਬਣੀ ਹੋਈ ਹੈਗੀ ਹੈ, ਇੱਕ ਵੈਸੇ ਵੀ ਲੋਕਲਾਈਜ਼ਡ ਕੰਡੀਸ਼ਨਸ ਹੁੰਦੀਆਂ ਨੇ ਜਦੋਂ ਖੇਤਾਂ ਦੇ ਵਿੱਚ ਪਾਣੀ ਲੱਗਦਾ, ਤਾਂ ਉਹਦੇ ਨਾਲ ਵੀ ਵਾਸ਼ਪੀਕਰਨ ਨਾਲ ਜਿਹੜੀ ਮਤਲਬ ਪਾਣੀ ਉੱਡਦਾ ਆ ਉਹਦੇ ਨਾਲ ਵੀ ਕਾਫੀ ਇਸ ਤਰ੍ਹਾਂ ਦਾ ਐਟਮੋਸਫੇਅਰ ਬਣ ਜਾਂਦਾ। ਸੋ ਹਲੇ ਹੁੰਮਸ ਭਰੀ ਜਿਹੜੀ ਗਰਮੀ ਹੈ ਉਹ ਬਰਕਰਾਰ ਰਹੇਗੀ, ਅਤੇ ਜਿੰਨੀ ਦੇਰ ਤੱਕ ਬਾਰਿਸ਼ ਨਹੀਂ ਆਉਂਦੀ ਉਨੀ ਦੇਰ ਤੱਕ ਸਾਨੂੰ ਇਹ ਤੋਂ ਕੋਈ ਛੁਟਕਾਰਾ ਮਿਲਣ ਦੀ ਸੰਭਾਵਨਾ ਨਹੀਂ ਲੱਗਦੀ। ਦੇਖੋ, ਇੰਨੀ ਜ਼ਿਆਦਾ ਜਿਵੇਂ ਹਿਊਮਿਡਿਟੀ ਹੋ ਰਹੀ ਹੈ ਤਾਂ ਕੁਛ ਜਿਹੜੇ ਜਿਵੇਂ ਝੋਨੇ ਦੇ ਵਿੱਚ ਇਨਸੈਕਟ ਪੈਸਟ ਅਟੈਕ ਹੋ ਸਕਦਾ, ਜਾਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮੂੰਗੀ ਦੀ ਜਿਹੜੀ ਫਸਲ ਹੈ ਉਹਦੇ 'ਤੇ ਹੈ,
ਅਤੇ ਨਰਮੇ 'ਤੇ ਵੀ ਹੋ ਸਕਦਾ। ਸੋ ਕਿਸਾਨ ਵੀਰਾਂ ਨੂੰ ਇਹੀ ਸਲਾਹ ਦਿੱਤੀ ਜਾ ਰਹੀ। ਉੱਧਰੋਂ ਮੱਕੀ ਦੇ ਵਿੱਚ ਵੀ ਫਾਲ ਆਰਮੀ ਵਾਰਮ ਦਾ ਜਿਹੜਾ ਅਟੈਕ ਹੈਗਾ ਉਹਦੇ ਲਈ ਵੀ ਐਡਵਾਈਜ਼ਰੀਜ਼ ਇਸ਼ੂ ਕੀਤੀਆਂ ਜਾ ਰਹੀਆਂ ਨੇ। ਸੋ ਰੈਗੂਲਰ ਇੱਕ ਤਾਂ ਆਪਣਾ ਵਿਜ਼ਿਟ ਰੱਖਣ, ਰੈਗੂਲਰ ਮੋਨੀਟਰਿੰਗ ਰੱਖਣ, ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕਿ ਕਿਸੇ ਚੀਜ਼ ਦਾ ਜਾਂ ਕਿਸੇ ਕੀਟ ਦਾ ਜਾਂ ਕਿਸੇ ਬਿਮਾਰੀ ਦਾ ਪ੍ਰਕੋਪ ਨਜ਼ਰ ਆ ਰਿਹਾ, ਤਾਂ ਉਹ ਫਿਰ ਜਿਹੜੇ ਖੇਤੀ ਮਾਹਰਾਂ ਨਾਲ, ਜਿਹੜੇ ਆਪਣੇ ਲੋਕਲ ਜਿਹੜੇ ਸੈਂਟਰਸ ਨੇ ਜਾਂ PAU ਦੇ ਜਿਹੜੇ ਮਾਹਰ ਨੇ, ਉਹਨਾਂ ਨਾਲ ਸੰਪਰਕ ਕਰਨ ਅਤੇ ਮਤਲਬ ਛੇਤੀ ਤੋਂ ਛੇਤੀ ਜਿਹੜਾ ਆ ਉਹਦਾ ਆਪਾਂ ਬਚਾਅ ਕਰ ਸਕੀਏ।